ਸਲਾਮੁਅਲੈਕਮ ਬਜ਼ੁਰਗੋ, ਕੀ ਹਾਲ ਜੇ? ਅੱਗੇ ਨਾਲੋਂ ਠੀਕ ਹੈ, ਜ਼ਬਰਦਸਤ ਯਾਰ, ਬਾਬਾ ਜ਼ਿੰਦਾਬਾਦ। ਬਾਬਾ ਜੀ, ਇਹ ਬਜ਼ੁਰਗਾਂ ਦਾ ਨਾਮ ਤੇ ਦੱਸੋ ਸਾਨੂੰ, ਬਜ਼ੁਰਗਾਂ ਦਾ ਨਾਮ। ਨਹੀਂ, ਨਾਂ ਤੇ ਬਜ਼ੁਰਗ ਹੈ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਸ਼ ਤੁਹਾਡੀ ਖਿਦਮਤ 'ਚ ਹਾਜ਼ਰ। ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀ ਜ਼ਫਰਵਾਲ ਦੇ ਪਿੰਡ ਦੇਪੋ ਕੇ ਅਸੀਂ ਪਹੁੰਚੇ ਹਾਂ ਜਨਾਬ। ਇੱਥੇ ਮੇਲਾ ਲੱਗਾ ਦਾ, ਕਬੱਡੀ ਮੈਚ ਵੀ ਆ, ਅਤੇ ਸਾਡੇ ਨਾਲ ਫਤਿਹਤੂਰ ਤੋਂ ਸਾਡੇ ਕਬੱਡੀ ਦੇ ਰੈਫਰੀ ਨੇ ਰਿਆਜ਼ ਤੂਰ ਸਾਹਿਬ, ਇਹ ਵੀ ਸਾਡੇ ਨਾਲ ਆਏ ਨੇ। ਇਸ ਟਾਈਮ ਅਸੀਂ ਦੇਪੋ ਕੇ ਸਟਾਪ 'ਤੇ ਖੜ੍ਹੇ ਹਾਂ, ਚੰਦ ਹੀ ਕਦਮ ਅੱਗੇ ਮੇਲਾ ਲੱਗਾ ਦਾ, ਚੱਲ ਰਿਹਾ, ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ। ਸਾਡੀ ਬੈਕ ਸਾਈਡ 'ਤੇ ਤੁਸੀਂ ਦੇਖੋ ਅਤੇ ਗੌਰਮੈਂਟ ਸਕੂਲ ਹੈ, ਦੇਪੋ ਕੇ ਸਕੂਲ ਹੈ। ਇਸ ਅੱਗੇ ਚੰਦ ਕਦਮ ਦੇ ਅੱਗੇ ਜਿਹੜਾ ਮੇਲਾ ਲੱਗਾ ਦਾ, ਰਿਆਜ਼ ਸਾਹਿਬ ਚੱਲੀਏ, ਮੋਟਰਸਾਈਕਲ ਫੜੋ, ਮੋਟਰਸਾਈਕਲ ਸਟਾਰਟ ਕਰੋ ਅਤੇ ਨਿਕਲੀਏ ਜੀ। ਮੋਟਰਸਾਈਕਲ ਰਿਆਜ਼ ਸਾਹਿਬ ਚਲਾਉਂਦੇ ਨੇ ਅਤੇ ਇਹਨਾਂ ਦੇ ਨਾਲ ਬਹਿਣ ਅਤੇ ਚੱਲ ਰਿਹਾ ਮੇਲੇ ਵਾਲੀ ਸਾਈਡ 'ਤੇ ਜੀ। ਤੁਹਾਨੂੰ ਦੇਪੋ ਕੇ ਮੇਲੇ ਦਾ ਵਿਜ਼ਿਟ ਕਰਵਾਉਂਦੇ ਹਾਂ ਅੱਜ। ਅੱਜ ਇੱਧਰ ਨੂੰ ਕਾਰ ਮੁੜੀ ਆ ਨਾ, ਇੱਧਰ ਨੂੰ ਮੋੜ ਲਓ। ਆ ਜੀ ਮੇਲੇ ਦੀ ਪਹਿਲੀ ਦੁਕਾਨ ਚੌਂਕ 'ਚ ਲੱਗੀ ਦੀ ਆ, ਦੇਖੋ ਜੀ ਆਪਣੀ, ਬੱਲੇ ਜੀ ਬੱਲੇ। ਸਾਹਮਣੇ ਅੱਗੇ ਮੇਲਾ ਲੱਗਾ ਵਾ, ਮੇਲੇ ਦੀਆਂ ਦੁਕਾਨਾਂ ਨੇ, ਮੇਲੇ ਦਾ ਤੁਹਾਨੂੰ ਵਿਜ਼ਿਟ ਕਰਵਾਉਂਦੇ ਹਾਂ ਜਨਾਬ, ਸਾਰੇ ਪ੍ਰਦੇਸੀ ਵੀਰਾਂ ਨੂੰ। ਦੇਪੋ ਕੇ ਰਿਆਜ਼ ਸਾਹਿਬ ਅਸੀਂ ਤਾਂ ਆਉਂਦੇ ਜਾਂਦੇ ਰਹਿੰਦੇ ਹਾਂ ਵੈਸੇ, ਲੇਕਿਨ ਮੇਲੇ 'ਤੇ ਪਹਿਲੀ ਦਫ਼ਾ ਆਏ ਹਾਂ, ਕਬੱਡੀ ਮੈਚ ਦੀ ਕਵਰੇਜ ਕਰਨ ਪਹਿਲੇ ਦਫ਼ਾ ਆਏ ਹਾਂ। ਇਹ ਵੀ ਦੁਕਾਨ ਲੱਗੀ ਦੀ ਜੇ ਆਪਣੇ, ਦੇਖੋ ਭਾਜੀ ਬੱਲੇ ਭਾਜੀ, ਇੱਧਰ ਤਾਂ ਜਲੇਬੀਆਂ ਬਣੀਆਂ, ਸੁਰਖ ਕੱਢਦੇ ਨੇ ਸਰ। ਮੇਲਾ ਤਕੜਾ ਮੇਲਾ ਲੱਗਦਾ ਪਿਆ, ਇਹ ਵੀ ਹੈ ਕਿਹੜਾ ਇਲਾਕਾ ਜੀ? ਦੇਪੋ ਕੇ ਮੇਲਾ ਸਾਰਾ ਦੇਪੋ ਕੇ ਵਾਲਾ ਨੀ, ਮੇਲਾ ਦਾ ਬਾਹਰੋਂ ਵੀ ਸਾਥ ਲੈਣਾ ਹੈ। ਅੱਛਾ, ਇਸ ਸਾਈਡ ਤੇ ਜੰਪ ਵਗੈਰਾ ਲੱਗੇ ਦੇ ਨੇ, ਦੇਖਦੇ ਪਏ ਤੁਸੀਂ, ਜੰਪ ਤੇ ਵੀ ਬੱਚੇ ਘੱਟ ਨੇ ਸਿਰਫ ਗਰਮੀ ਦੀ ਵਜ੍ਹਾ ਨਾਲ, ਕਿ ਧੁੱਪ ਬਹੁਤ ਜ਼ਿਆਦਾ। ਇਸ ਸਾਈਡ ਤੇ ਗੋਲ ਗੱਪੇ ਲੱਗੇ ਦੇ ਨੇ। ਸਲਾਮੁਅਲੈਕਮ ਜੀ, ਕੀ ਹਾਲ ਆ ਭਾਜੀ? ਕਿਹੜਾ ਇਲਾਕਾ ਜੀ? ਧਮਥਿਲ ਤੋਂ ਆਏ ਹੋ? ਸਹੀ ਹੋ, ਤੁਸੀਂ ਕਿਹੜਾ ਇਲਾਕਾ ਭਾਜੀ? ਦੇਪੋ ਕੇ, ਦੇਪੋ ਕੇ ਆ ਭਾਜੀ, ਦੇਖੋ ਦੁਕਾਨਾਂ, ਮੇਲਾ ਲੱਗਾ ਵਾ ਜੀ। ਇਸ ਸਾਈਡ ਤੇ ਭਾਜੀ ਠੰਡਾ ਠਾਰ ਸੋਡਾ, ਪਤਾ ਨੀ ਕੀ ਕੀ ਸੋਡੇ ਵੇਖਦੇ ਨੇ ਇੱਥੇ ਭਾਜੀ। ਆਹ ਦੇਖੋ ਪੂਰੀ ਗੱਡੀ ਲੈ ਕੇ ਤੁਰੇ ਜਾਂਦੇ ਨੇ ਭਾਜੀ। ਇਸ ਸਾਈਡ ਤੇ ਆਪਣੇ ਮਹਾਰਮ ਚੜ ਗਏ ਨੇ ਤੇ ਮੁੰਡੇ ਨੇ ਨੋਹੇ ਲਾਏ ਦੇ, ਬੰਦ ਕਰਵਾਏ ਨੇ। ਮੈਂ ਜੀ ਕਾਪੀ ਰਾਈਟ ਦਾ ਮਸਲਾ ਹੁੰਦਾ, ਇੱਧਰ ਵੀਰ ਨੇ ਸ਼ਰਬਤ ਲਾ। ਵੀਰ ਜੀ ਕਿਹੜਾ ਇਲਾਕਾ ਜੀ ਆਪਣਾ? ਹਾਂਜੀ, ਜ਼ਿਲ੍ਹਾ ਝੰਗ ਤੋਂ ਇੱਥੇ ਪਹੁੰਚੇ ਤੁਸੀਂ ਭਾਜੀ? ਇਹਦਾ ਮਤਲਬ ਵਾਹਵਾ ਕਮਾਈ ਹੁੰਦੀ ਆ ਪਾਣੀ ਲਾਉਣ 'ਚ, ਜਿਹੜਾ ਐਡੀ ਦੂਰ ਇੱਥੇ ਆ ਗਏ। ਹਰ ਸਾਲ ਆਉਂਦੇ ਆ, ਬੜੀ ਗੱਲ ਆ ਜੀ। ਇਸ ਸਾਈਡ ਤੇ ਕਸ਼ਤੀ ਵਾਲਾ ਝੂਲਾ, ਕਸ਼ਤੀ ਵਾਲਾ ਝੂਲਾ। ਇਸ ਸਾਈਡ ਤੇ ਮੇਸੂ ਤੇ ਬਰਫੀ ਰੰਗਾ ਰੰਗ ਭਾਜੀ, ਲੱਗਦਾ ਦੁਨੀਆ ਮੇਲਿਆਂ 'ਚ ਸਿਰਫ ਮੇਸੂ ਹੀ ਖਾਂਦੀ ਆ। ਦੇਖੋ ਕਿਸ ਨਾਲ ਇਹ ਤੇ ਕੋਈ ਗੱਲ ਨੀ ਭਾਜੀ। ਕਿਹੜਾ ਇਲਾਕਾ ਜੀ ਆਪਣਾ? ਬੱਚਾ ਮੇਰਾ ਪਿੰਡ ਜੇ। ਅੱਛਾ ਜੀ, ਤਾਲਕ ਮੇਰਾ ਨਾਂ ਜੇ। ਅੱਛਾ ਜੀ, 42 ਸਾਲ ਹੋ ਗਏ ਨੇ ਮੈਨੂੰ ਇਹ ਕੰਮ ਕਰਦੇ ਆ, ਮੇਸੂ ਕੱਢਦੇ ਆ।
ਮੈਂ ਕਹਿੰਦਾ ਜੀ ਮੇਸੂ ਜ਼ਬਰਦਸਤ ਆ, ਦੇਖੋ ਜੀ ਬੱਚੇ ਵੀ ਲੈਣ, ਨਹੀਂ ਨਹੀਂ ਕੋਈ ਸ਼ੱਕ ਨੀ ਭਾਜੀ। ਕਿੱਧਰ ਆ ਸਾਡਾ ਵੀਰ ਕਿਸ਼ਤੀ ਵਾਲਾ? ਉਹ ਕਿਸ਼ਤੀ ਵਾਲਿਓ ਕੀ ਗੱਲ ਆ, ਬੰਦ ਕੀਤੀ ਦੀ ਆ ਕਿਸ਼ਤੀ? ਹੈਂ ਨਹੀਂ ਚਾਲੂ ਆ, ਬੱਚਾ ਤੇ ਚੜਦਾ ਨੀ ਪਿਆ, ਗਰਮੀ ਦੀ ਵਜ੍ਹਾ ਨਾਲ ਨੀ ਬੱਚੇ ਆਉਂਦੇ। ਚਲੀਏ ਰਿਆਤ ਸਾਹਿਬ ਦਰਬਾਰ ਵਾਲੀ ਸਾਈਡ ਨੂੰ ਜ਼ਰਾ, ਦਰਬਾਰ ਤੋਂ ਹੋ ਗਿਆ ਜੀ, ਜ਼ਰਾ ਦਰਬਾਰ ਵਾਲੀ ਸਾਈਡ ਤੇ ਆ ਗਿਆ ਜੀ। ਇੱਧਰ ਸਾਡੇ ਵੀਰ ਨੇ ਦੋ ਸਲਾਮ ਵੀਰ ਜੀ, ਕਿਹੜੀ ਜਗ੍ਹਾ ਤੋਂ ਆਏ ਵੀਰ ਜੀ? ਨੰਗਲ ਜ਼ਫਰਵਾਲ ਤੋਂ। ਮੇਲਾ ਵੇਖਣਾ ਆ, ਕਬੱਡੀ ਵੀ ਵੇਖਣੀ ਹੈ? ਚਲੋ ਸਹੀ ਹੈ, ਗਰਮੀ ਤਾਂ ਹੈ ਜ਼ਰਾ। ਚਲੋ ਵੀਰ ਜੀ ਮਿਹਰਬਾਨੀ, ਆਓ ਜੀ ਰਿਆਤ ਸਾਹਿਬ ਜ਼ਰਾ ਦਰਬਾਰ ਤੋਂ ਨਾ ਵਿਜ਼ਿਟ ਕਰ ਲਈਏ ਭਾਅ ਜੀ। ਇਹ ਦਰਬਾਰ ਸ਼ਰੀਫ ਆ ਜਿਨ੍ਹਾਂ ਦਾ ਮੇਲਾ, ਇਸ ਸਾਈਡ 'ਤੇ ਵੀ ਆਪਣੇ ਲੋਕ ਆਏ ਦੇ ਨੇ। ਤੁਹਾਨੂੰ ਪਹਿਲੇ ਦਰਬਾਰ ਦਾ ਵਿਜ਼ਿਟ ਕਰਵਾ ਦਈਏ ਰਿਆਤ ਸਾਹਿਬ। ਬਜ਼ੁਰਗਾਂ ਦਾ ਕੀ ਨਾਮ ਨੂਮ ਹੈ? ਇਹ ਜੀ ਗੱਲਾ ਆ, ਜਿਨ੍ਹਾਂ ਨੇ ਆਪਣੀ ਤਫੀਕ ਦੇ ਮੁਤਾਬਕ ਗੱਲੇ 'ਚ ਕੁਛ ਪਾਉਣਾ ਹੋਏ ਤਾਂ ਪਾ ਸਕਦੇ ਤੁਸੀਂ। ਬਜ਼ੁਰਗਾਂ ਦਾ ਨਾਮ ਤਾਂ ਨਹੀਂ ਮੇਰਾ ਖਿਲਾਫ ਕੋਈ ਲਿਖਿਆ ਲੁਖਿਆ ਦਾ। ਇਸ ਸਾਈਡ 'ਤੇ ਵੀ ਸਾਡੇ ਇਸ ਇਲਾਕਾ ਦੇ ਲੋਕ ਬਜ਼ੁਰਗ ਜਿਹੜੇ ਨੇ ਬੈਠੇ ਦੇ ਨੇ। ਅਸਲਾਮ ਵਾਲੇਕਮ ਜੀ, ਕੀ ਹਾਲ ਜੀ? ਠੀਕ ਠਾਕ ਜੀ ਬਜ਼ੁਰਗੋ? ਲੰਗਰ ਲੁੰਗਰ ਕਰ ਲਿਆ ਜਾਂ ਕਰਨਾ ਜੇ? ਟਾਈਮ ਨਾਲ ਹੀ ਕਰ ਲੈਂਦੇ ਹੋ, ਦੇਪੋਗੇ ਤੁਸੀਂ ਸਾਰੇ ਆਪੇ ਹੀ? ਤਾਂ ਹੀ ਭਾਅ ਜੀ ਤੁਸੀਂ ਲੰਗਰ ਕਰਕੇ ਵਿਹਲੇ ਹੋ ਗਏ, ਵੀ ਬਾਹਰੋਂ ਜਿਹੜੇ ਆਉਣੇ ਨੇ। ਖੈਰ ਹੋਰ ਸੁਣਾਓ, ਸਹੀ ਹੋ ਗਿਆ ਜੀ। ਤੇ ਮਤਵਾਲੀ ਹੈ ਤੁਹਾਡੇ ਜੀ ਕੋਈ? ਮਤਵਾਲੀ ਜਿਹੜੇ ਬਜ਼ੁਰਗਾਂ ਦੇ ਪਹਿਲੇ ਤਸਦੀਕ ਕਰ ਲੋ ਕਿ ਇਹ ਬਜ਼ੁਰਗ ਨੇ ਕਿਉਂ? ਅੱਛਾ, ਸਲਾਮ ਅਲੈਕਮ ਬਜ਼ੁਰਗੋ, ਕੀ ਹਾਲ ਜੇ? ਅੱਗੇ ਨਾਲੋਂ ਠੀਕ ਹੈ, ਜ਼ਬਰਦਸਤ ਯਾਰ, ਬਾਬਾ ਜ਼ਿੰਦਾਬਾਦ। ਬਾਬਾ ਜੀ ਇਹ ਬਜ਼ੁਰਗਾਂ ਦਾ ਨਾਮ ਤੇ ਦੱਸੋ ਸਾਨੂੰ, ਬਜ਼ੁਰਗਾਂ ਦਾ ਨਾਮ। ਨਹੀਂ ਨਾਂ ਤੇ ਬਜ਼ੁਰਗ ਹੈ ਪਰ ਬਾਬਾ ਕਰਮ ਸ਼ਾਵਲੀ, ਸ਼ੇਰ ਦੀ ਸਵਾਰੀ। ਤੇ ਇਹਨਾਂ ਦੀ ਤਬਲੀਗ ਦੇ ਬਾਰੇ ਚ ਕੋਈ ਦੱਸੋ, ਜਿਹੜੀ ਚੀਜ਼ ਮੰਗੋ ਮਿਲ ਜਾਂਦੀ ਹੈ? ਸਹੀ ਹੈ, ਬਹੁਤ ਚੰਗੇ। ਤੇ ਕਿੰਨੇ ਅਰਸੇ ਤੋਂ ਤੁਸੀਂ ਖਿਦਮਤ ਕਰਦੇ ਪਏ ਹੋ? ਜਿਹੜੀ ਗੱਲੇ ਚ ਮਸਲ ਜਿਹੜੀ ਨਜ਼ਰਾਨਾ ਪੈਸਾ ਪੂਸਾ ਹੁੰਦਾ ਉਹ ਕਿੱਥੇ ਜਾਂਦਾ? ਤੇ ਉਹ ਲਾਂਦੇ ਲੁੰਦੇ ਨੀ ਇਹਦੇ ਤੇ? ਇੰਨੇ ਸਾਲਾਂ ਦਾ ਥੋੜਾ ਥੋੜਾ ਕਰਕੇ ਵੀ ਲਾਂਦੇ ਤੇ ਛੱਤ ਪਾਉਂਦੇ? ਅੱਛਾ, ਬਾਬਾ ਜੀ ਨੇ ਕਿਹਾ ਵੀ ਛੱਤ ਨੀ ਪਾਣੀ। ਇਹ ਬਾਬਾ ਜੀ 47 ਤੋਂ ਬਾਅਦ ਚ ਵਿਵਾਦ ਪਾਏ ਨੇ? ਅੱਛਾ ਜੀ, ਸਿੱਖਾਂ ਦਾ ਹੁੰਦਾ ਸੀ ਸਾਧੂ ਆਉਂਦੇ ਮੈਂ ਮੜੀਆਂ ਚ ਜੀ ਜੀ
ਤੇ ਉਹ ਨਾ ਫਲਾ ਜਿਹੜੀ ਹੈ ਨਾ ਤਿੰਨ ਡੱਕਰੇ ਕਰਕੇ ਤੇ ਲੈ ਗਿਆ ਜੀ। ਉਹ ਡਿੱਗ ਪਈ ਜੋ ਸੋ ਲੈ ਗਿਆ ਤੇ ਉਹਨੇ ਜਾ ਕੇ ਲੈ ਜਾ ਕੇ ਨਾ ਤੇ ਜੱਗ ਬਣਾਇਆ, ਜੱਗ ਬਣਾਇਆ, ਖੀਰਾਂ ਪਕਾ ਕੇ ਵੰਡੀਆਂ। ਅੱਛਾ ਜੀ। ਆਪ ਇੱਥੋਂ ਉੱਠ ਕੇ ਮੜੀਆਂ ਚੋਂ ਤੁਰ ਗਿਆ ਤੇ ਮੁੰਨ ਨਾਲ ਹੀ ਗਿਆ ਤੇ ਮੁੰਨ ਨਾਲ ਹੀ ਉਹਦੇ ਵੀ ਤਿੰਨ ਡੱਕਰੇ ਵੀ ਹੋਏ। ਸਹੀ। ਇਹ ਫਲਾਹ ਖੜ ਕੇ ਤੇ ਤਿੰਨ ਡੱਕਰੇ ਵੀ ਤੇ ਤਿੰਨ ਹੀ ਉਹਦੇ ਹੋਏ, ਤਿੰਨ ਹੀ ਉਹਦੇ ਹੋਏ। ਕਿਸੇ ਨੇ ਵਾੜੀ ਛੱਡਿਆ ਤੇ ਕਿਸੇ ਕਿੰਨ ਵੱਡਿਆ ਸੀ, ਬੜੀ ਚੀਨੀ ਜਾ ਕੇ ਮਗਰੋਂ ਪਤਾ ਲੱਗਾ ਵੀ ਸਿੰਧ ਚੋਂ ਆਇਆ ਵਾ, ਸਿੰਧ ਉੱਧਰ ਕਤਲ ਕਰਕੇ ਆਇਆ ਤੇ ਉਹਨਾਂ ਨੂੰ ਖੂਹ ਚੱਲ ਗਈ, ਉਹ ਆਣ ਕੇ ਇਹਨੂੰ ਵੱਢ ਗਏ, ਉਹ ਇਹਨਾਂ ਨੂੰ ਵੱਢ ਕੇ ਆ ਗਏ, ਇਹਨੂੰ ਵੱਢ ਗਈ। ਤੇ ਇਹ ਬਾਬਾ ਜਿਹੜਾ ਇਹਦੀ ਸ਼ੇਰ ਦੀ ਸਵਾਰੀ, ਸ਼ੇਰ ਦੀ ਸਵਾਰੀ ਨਾਲ ਤੇ ਛਬੜੀ ਚੋਂ ਪਾਣੀ ਪੀਂਦਾ ਸੀ ਸ਼ੇਰ ਪਿਆ ਤੇ ਉੱਤੇ ਬੈਠਾ। ਅੱਛਾ, ਸ਼ੇਰ ਦੀ ਸਵਾਰੀ ਕਰਦੇ ਰਹੇ ਨੇ। ਸਹੀ। ਤੁਹਾਡੇ ਵੱਡਿਆਂ ਨੇ ਵੇਖਿਆ? ਵੱਡਿਆਂ ਸਾਰੇ ਵੇਖ ਲਗਾਮ ਬਾਬਾ ਫੜਦਾ ਰਿਹਾ ਸ਼ੇਰ ਦੀ। ਜੀ ਜੀ ਮਾਸ਼ਾਅੱਲਾ ਜੀ। ਦੇਖੋ ਦੇਪੋਕੇ ਦੇ ਸਾਰੇ ਬਜ਼ੁਰਗ ਸਾਡੇ ਵੀਰ ਇੱਥੇ ਬੈਠੇ ਨੇ ਤੇ ਬਜ਼ੁਰਗਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਬਹੁਤ ਅੱਛੀ ਕੀਤੀ ਹੈ ਜੀ, ਤੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਬੜਾ ਅੱਛਾ ਲੱਗਾ। ਅੱਜ ਦੇ ਨਵੀਂ ਨਸਲ ਦੇ ਨਾਲ ਇਹਨਾਂ ਦੇ ਖਿਆਲਾਤ ਮਿਲਦੇ ਨੇ, ਬੜੇ ਮਜ਼ਾਕੀ ਆ ਬਾਬੇ ਨੇ ਸਾਡੇ ਬਜ਼ੁਰਗ ਨੇ। ਥਾਣੇ ਵੀ ਜਾਣਾ ਬਾਬੇ ਹੋਣਾ ਨੇ। ਨਹੀਂ ਨਹੀਂ ਥਾਣੇ ਨਹੀਂ ਜਾਂਦੇ ਜੀ, ਨਹੀਂ ਨਹੀਂ ਥਾਣੇ ਨਹੀਂ ਜਾਂਦੇ ਜੀ, ਸ਼ੇਰ ਦੀ ਸਵਾਰੀ ਕਰਨੀ ਹੈ। ਹਾਂਜੀ, ਜ਼ਿੰਦਾਬਾਦ ਜ਼ਿੰਦਾਬਾਦ। ਬਾਬਾ ਕਹਿੰਦਾ ਡਰਨੇ ਆਏ ਕੇ ਕੋਲੋਂ। ਹਾਂਜੀ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਸਾਡੇ ਤੇ ਰਿਆਜ਼ ਸਾਹਿਬ ਜੀ ਆਪਣੇ ਮਾਲੋਕੇ ਦੇ ਵੀਰ ਨੇ, ਆ ਮਾਲੋਕੇ ਵਾਲੇ ਨੇ ਜੀ, ਬਲਾਰ ਦੇ। ਇਹ ਪਹੁੰਚੇ ਨੇ ਇਸ ਟਾਈਮ ਦੇਪੋਕੇ ਤੇ ਹੁਣ ਇਹਨਾਂ ਨੂੰ ਦੁਕਾਨ ਲਾਉਣੀ ਆ ਤੇ ਫਿਰ ਜਲੇਬੀਆਂ ਕੱਢਣੀਆਂ ਨੇ ਤੇ ਬਿਲਕੁਲ ਕਬੱਡੀ ਦੇ ਲਾਗੇ ਜਲੇਬੀਆਂ ਕੱਢਣ ਵਾਸਤੇ ਆ ਗਏ ਨੇ ਜਨਾਬ। ਤੇ ਬਲਾਰ ਵਾਲਿਓ, ਆਪਣੇ ਕਬੱਡੀ ਕਿੱਦਣ ਜੀ, ਆਪਣਾ ਮੇਲਾ ਕਿੱਦਣ ਜੇ? 10 ਤਰੀਕ ਨੂੰ। ਤੇ ਉਹਦਾ ਠੀਆ ਲੱਗਦਾ ਜਲੇਬੀਆਂ ਜਲੂਬੀਆਂ ਦਾ, ਤੁਹਾਡਾ ਲੱਗਦਾ ਪੱਕਾ ਜਾਂ ਕਿਸੇ ਹੋਰ ਦਾ? ਤੁਹਾਡਾ ਹੀ ਬਲਾਰ ਲੱਗਦਾ ਜਿਹੜਾ। ਲਿਆ ਸਾਹਿਬ, ਚਲੀਏ ਫਿਰ ਕੌਡੀ ਚ, ਇਹਨਾਂ ਦਾ ਟਾਈਮ ਲੱਗ ਜਾਣਾ ਭਾਜੀ, ਇਹਨਾਂ ਦੀਆਂ ਜਲੇਬੀਆਂ ਨੀ ਨਿਕਲੀਆਂ ਜੇ, ਅੱਜ ਤਾਂ ਤਿਆਰੀ ਕਰਦੇ ਪਏ। ਚਲੋ ਜੀ, ਸਹੀ ਹੋ ਗਿਆ। ਅਸੀਂ ਗਰਾਊਂਡ ਵਾਲੀ ਸਾਈਡ ਤੇ ਆ ਗਏ ਜੀ, ਜਿੱਥੇ ਕਬੱਡੀ ਹੋਣੀ ਆ। ਭਾਈ ਪਾਣੀ ਦਾ ਇੰਤਜ਼ਾਮ ਕਰਦੇ ਪਏ ਜਿਹੜਾ ਇਹਨਾਂ ਨੇ ਵੇਚਣਾ ਵੁਚਣਾ। ਤੇ ਸਾਡੇ ਇੱਥੇ ਕਾਕਾ ਸਾਹਿਬ ਨੇ, ਕਾਕਾ ਸਾਹਿਬ ਗਰਾਊਂਡ ਦੀ ਸੈਟਿੰਗ ਸੂਟਿੰਗ ਕਰਦੇ ਪਏ ਨੇ। ਕੁਰਸੀਆਂ ਆ ਗਈਆਂ, ਗੱਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਭਾਜੀ। ਗਰਾਊਂਡ ਭਾ ਕਾਕੇ ਨੇ ਵੀ ਜ਼ਬਰਦਸਤ ਬਣਾ ਲਈ ਆ ਭਾਜੀ, ਤਗੜੀ ਗਰਾਊਂਡ ਬਣਾ ਲਈ ਆ। ਤੇ ਪੁੱਛਣੇ ਅੱਜ ਇਹਨਾਂ ਨੂੰ ਕਿ ਕਬੱਡੀ ਦੇ ਬਾਰੇ 'ਚ। ਆਹ ਦੇਖੋ ਕੁਰਸੀਆਂ ਸਟੈਂਡ ਵਗੈਰਾ ਆਉਣੇ ਸ਼ੁਰੂ ਹੋ ਗਏ ਨੇ। ਅਸਲਾਮੁਅਲੈਕਮ ਜੀ, ਕੀ ਹਾਲ ਆ ਜੀ? ਠੀਕ ਠਾਕ ਜੀ, ਹੋਰ ਸੁਣਾਓ, ਸਭ ਖੈਰ ਕਰੀਏ ਦਾ? ਅਸਲਾਮੁਅਲੈਕਮ ਜੀ। ਗਰਾਊਂਡ ਦੀ ਤਿਆਰੀ ਮਾਸ਼ਾਅੱਲਾ ਕਰਨੀ ਸ਼ੁਰੂ ਕਰ ਦਿੱਤੀ ਇਹਦੇ ਭਾਜੀ, ਗਰਾਊਂਡ ਤਿਆਰ ਹੋ ਗਈ ਆ, ਕੁਰਸੀਆਂ ਲੱਗਣ ਲੱਗੀਆਂ। ਜੋਰ ਤਗੜਾ ਮੁਕਾਬਲਾ, ਇਬਰਾਰ ਘਮਿਆਰ ਤੇ ਦਾਰਾ ਗੁੱਜਰ, ਇਬਰਾਰ ਘਮਿਆਰ ਤੇ ਦਾਰਾ ਗੁੱਜਰ। ਬੱਲੇ ਆਈ ਆਵਾਜ਼ ਪਰਦੇਸੀਆਂ ਚਪੇੜਾਂ ਦੀ, ਸੱਟਾਂ ਚੈੱਕ ਕਰੋ ਓਏ।
ਇਬਰਾਰ ਘੁਮਿਆਰ ਜ਼ਿੰਦਾਬਾਦ, ਬੱਲੇ ਘੁਮਿਆਰਾ, ਬੱਲੇ ਘੁਮਿਆਰਾ ਜ਼ਿੰਦਾਬਾਦ, ਬੱਲੇ 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 ਮੈਚ ਖਤਮ ਹੋ ਗਿਆ ਜੀ। ਪਲੇਅਰ ਆਪਣੀ ਤਿਆਰੀ ਕਰਦੇ ਪਏ ਨੇ ਵਾਪਸ ਜਾਣ ਵਾਸਤੇ, ਗੱਡੀਆਂ ਗੁੱਡੀਆਂ ਨਹਾਉਣ ਹੋ ਗਏ, ਕੱਪੜੇ ਚੇਂਜ ਕਰਦੇ ਪਏ ਨੇ। ਅਸੀਂ ਵੀ ਚੱਲੀਏ ਇਸ ਸਾਈਡ ਨੂੰ ਜਿੱਧਰ ਮੇਲਾ ਲੱਗਾ ਵਾ, ਆਪਣੇ ਪਿੰਡਾਂ ਵੱਲੋਂ ਨਿਕਲੀਏ। ਇੱਧਰ ਸਾਡੇ ਵੀਰ ਜਲੇਬੀਆਂ, ਸਾਡੇ ਬਜ਼ੁਰਗ ਜਲੇਬੀਆਂ ਖਾਣ ਡੇ ਨੇ, ਦੇਖੋ ਬੱਲੇ ਵੀ ਬਜ਼ੁਰਗੋ, ਮੇਸੂ ਦੇ ਜਲੇਬੀਆਂ, ਬੱਲੇ ਬੱਲੇ ਬੱਲੇ, ਬੜੀ ਮਿਹਰਬਾਨੀ ਜਨਾਬ, ਅੱਲਾ ਖੁਸ਼ ਰੱਖੀ, ਬਹੁਤ ਮਿਹਰਬਾਨੀ, ਮੌਜਾਂ ਕਰੀ ਜਾਓ, ਖਾਈ ਜਾਓ ਭਾਜੀ। ਇੱਧਰ ਵੀ ਦੇਖੋ ਸਾਡੇ ਬਜ਼ੁਰਗ ਜਲੇਬੀਆਂ, ਇਹ ਭਾਜੀ ਬਲਾਰ ਦੇ ਲੋਕ ਨੇ ਸਾਡੇ ਵੀਰ, ਜਲੇਬੀਆਂ ਅਤੇ ਮੇਸੂ ਕੱਢਦੇ ਪਏ। ਜਦੋਂ ਅਸੀਂ ਪਹਿਲੇ ਵੀ ਇਹਨਾਂ ਨਾਲ ਵੀਡੀਓ ਬਣਾਈ ਇੱਕ ਵੱਡੀ ਤੋਂ ਪਹਿਲੇ, ਤਾਂ ਹੁਣ ਅਸੀਂ ਵਾਪਸ ਜਾ ਰਹੇ ਹਾਂ। ਅਤੇ ਭਾਜੀ ਗੁਜ਼ਾਰਾ ਹੋ ਗਿਆ ਤੁਹਾਡਾ? ਸ਼ੁਕਰ ਹੀ ਕਰਨਾ ਚਾਹੀਦਾ 24 ਘੰਟੇ। ਅਤੇ ਇੱਧਰ ਸਾਡੇ ਵੀਰ ਮੁੰਨਣਾ ਵਾਲੀ ਤੋਂ, ਜਿਹੜਾ ਅਗਲੇ ਦਿਨ ਅਸਾਂ ਤੁਹਾਨੂੰ ਕਬੱਡੀ ਮੈਚ ਔਰ ਵਿਲਾਗ ਵੀ ਸਾਡਾ ਤੁਹਾਨੂੰ ਮੁੰਨਣਾ ਵਾਲੀ ਤੋਂ ਦੇਖਿਆ, ਜ਼ਾ ਹਸੈਨ ਨੂਰੀ ਸਾਹਿਬ, ਇਹ ਜੇ ਜ਼ਾ ਹਸੈਨ ਨੂਰੀ ਸਾਹਿਬ ਮਾਸ਼ਾਲਾ ਬੜੀ ਮੁਹੱਬਤ ਦਿੱਤੀ ਇਹਨਾਂ ਨੇ ਆਪਣੇ ਪਿੰਡ 'ਚ ਔਰ ਬਹੁਤ ਤਗੜਾ ਮੈਚ ਕਰਵਾਇਆ ਇਹਨਾਂ ਨੇ। ਅਤੇ ਜ਼ਾ ਹਸੈਨ ਨੂਰੀ ਸਾਹਿਬ ਲਵ ਯੂ ਹੋ ਗਿਆ, ਅੱਲਾ ਤੁਹਾਨੂੰ ਸਲਾਮਤ ਰੱਖੇ, ਜ਼ਿੰਦਗੀ ਰਹੀ ਅਤੇ ਤੁਹਾਡੇ ਪਿੰਡ ਫਿਰ ਆਵਾਂਗੇ, ਬੜੀ ਚਾਸਾ ਜੀ ਤੁਹਾਡੇ ਪਿੰਡ ਆ ਕੇ। ਅਤੇ ਖਾਨਪੁਰ ਬੁਲਾਰ ਵਾਲਿਓ, 10 ਤਰੀਕ ਨੂੰ ਤੁਹਾਡੇ ਪਿੰਡ ਮੁਲਾਕਾਤ ਹੋਏਗੀ ਤੁਹਾਡੇ ਨਾਲ। ਅਸੀਂ ਜਾ ਰਹੇ ਹਾਂ ਜੀ ਵਾਪਸ ਦੁਬਾਰਾ, ਸ਼ਾਮ ਦਾ ਟਾਈਮ ਹੋ ਗਿਆ, ਮੇਲੇ ਦੇ ਵਿੱਚੋਂ ਦੀ ਗੁਜ਼ਰਨੇ ਪਿਆ ਔਰ ਕਿਸ਼ਤੀ ਵਾਲੇ ਝੂਲੇ 'ਚ ਲੋਕ ਬੈਠਣਾ ਸ਼ੁਰੂ ਹੋ ਗਏ ਨੇ। ਇਹ ਦੇਖੋ ਸਾਰੇ ਵੀਰ ਕਿਸ਼ਤੀ ਦੇਖਦੇ ਪਏ ਨੇ, ਬਾਈ 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 ਬਾਈ। ਆਪਾਂ ਇਹ ਕਿਸ਼ਤੀ ਚਲਾਉਣੀ ਆ ਕਿ ਨਹੀਂ ਚਲਾਉਣੀ? ਅਸੀਂ ਤੁਹਾਡੀ ਕਿਸ਼ਤੀ ਚਲਾਉਣ ਵਾਸਤੇ ਹਨੇਰਾ ਕਰ ਛੱਡਿਆ ਯਾਰ, ਚਲਾਓ ਯਾਰ, ਚਲਾਓ ਯਾਰ, ਅਸੀਂ ਦਿਖਾਈਏ ਛੋਟੀ ਕਿਸ਼ਤੀ ਚੱਲਦੀ ਵੀ ਆ ਭਾਜੀ। ਆ ਦੇਖੋ ਨੌਜਵਾਨ ਵੀ ਖਲੋ ਖਲੋ ਕੇ ਕਿਸ਼ਤੀ ਵੇਖਣ ਦੇ ਨੇ, ਬੜੀ ਗੱਲ। ਸਲਾਮ ਲੈ ਕੇ ਭਾਜੀ, ਕਿਹੜਾ ਇਲਾਕਾ ਜੀ ਆਪਣਾ? ਦੇਪੋਗੇ? ਤੇ ਭਾਜੀ ਵਿੱਚ ਬਹਿਣਾ ਸੀ, ਤੁਸੀਂ ਥੱਲੇ ਬਹਿ ਕੇ ਵੇਖਣ ਦਿਓ। ਅੱਛਾ ਸਹੀ ਹੋ ਗਿਆ ਜੀ, ਇੱਧਰ ਵੀ ਸਾਡੇ ਵੀਰ ਨੇ, ਆ ਦੇਖੋ ਜੀ ਸਾਰੇ। ਉਹ ਚਲਾ ਲਓ ਅੱਲਾ ਦੇ ਬੰਦੇ, ਉਹ ਚਲਾ ਲਓ, ਬੜੀ ਗੱਲ ਆ ਜੀ, ਬੜੀ ਗੱਲ ਆ। ਕਿਸ਼ਤੀ ਚੱਲ ਪਈ ਜੀ, ਚੱਲ ਪਈ। ਅੱਛਾ ਜੀ ਨਾਜ਼ਰੀਨ, ਤੁਸੀਂ ਅੱਜ ਦੇਪੋਕੇ ਦਾ ਮੇਲਾ ਵਿਜ਼ਿਟ ਕੀਤਾ, ਮਾਸ਼ਾਅੱਲਾ ਅਸੀਂ ਵੀ ਪਹਿਲੀ ਦਫ਼ਾ ਮੇਲਾ ਦੇਖਿਆ, ਬੜਾ ਮਜ਼ਾ ਆਇਆ। ਪਿੱਛੇ ਕਿਸ਼ਤੀ ਦੇ ਲੋਕ ਝੂਲੇ ਲੈ ਰਹੇ ਨੇ, ਮੇਰੇ ਨਾਲ ਰੈਫਰੀ ਰਿਆਜ਼ ਸਾਹਿਬ ਨੇ, ਸਾਹਿਬ ਭਾਈ ਨੇ ਮੁੰਨਣਾ ਵਾਲੀ ਤੋਂ। ਅਤੇ ਅਗਰ ਅੱਜ ਦੀ ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਦੇਪੋਕੇ ਪਿੰਡ 'ਚ ਆਪਣੇ ਵੀਰਾਂ ਨੇ ਤਨਵੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।